ਦੇਖੋ ਸੱਚਾਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਲੋਕਾਂ ਨੇ, ਇਹ ਤਾਂ ਚਰਨਜੀਤ ਸ਼ਰਮਾ ਉਸ ਟਾਈਮ ਮੌਕੇ 'ਤੇ ਸੀਗੇ ਜਿਹੜੇ ਪੁਲਿਸ ਦੇ ਆਫਿਸਰ ਉੱਥੇ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ, ਜਿਹਦੇ ਵਿੱਚ ਪਰਚਾ ਇਹਨਾਂ ਦੇ ਬਾਈ ਨੇਮ ਰਜਿਸਟਰ ਹੋਇਆ 302 ਦਾ। ਇਹਨਾਂ ਲੋਕਾਂ ਨੇ ਤਾਂ ਟਰਿਗਰ ਖਿੱਚਿਆ, ਗੋਲੀ ਚਲਾਈ, ਨਿਰਦੋਸ਼ ਲੋਕ ਮਾਰੇ ਉੱਥੇ ਬਹਿਬਲ ਕਲਾਂ। ਹੁਣ ਸੱਚਾਈ ਆ ਸਾਹਮਣੇ ਆਊਗੀ ਵੀ ਆਹ ਫੈਸਲਾ ਕਿਹੜੇ ਲੈਵਲ 'ਤੇ ਲਿਆ ਗਿਆ, ਐਡਮਿਨਿਸਟ੍ਰੇਟਿਵ ਫੈਸਲਾ ਸੀਗਾ ਜਾਂ ਰਾਜਨੀਤਿਕ ਲੀਡਰਾਂ ਨੇ ਫੈਸਲਾ ਲਿਆ ਵੀ ਉੱਥੋਂ ਚੱਕ ਕੇ ਉਹਨਾਂ ਨੂੰ ਖਦੇੜੋ, ਟੰਗ ਦਿਓ ਉਹਨਾਂ ਨੂੰ। ਉਹ ਜਿਹੜੇ ਲੋਕਾਂ ਨੇ ਫੈਸਲਾ ਲਿਆ ਸੀਗਾ, ਕੈਪਟਨ ਸਾਹਿਬ ਵਚਨਬੱਧ ਹੈ, ਕਾਂਗਰਸ ਪਾਰਟੀ ਵਚਨਬੱਧ ਹੈ, ਜਿਨ੍ਹਾਂ ਲੋਕਾਂ ਨੇ ਬਹਿਬਲ ਕਲਾਂਡਾ ਜਿੱਥੇ ਜਨਰਲ ਡਾਇਰ ਮਾਡਰਨ ਜਿਹੜੇ ਟਾਈਮ ਦੇ ਅੱਜ ਦੇ ਆਜ਼ਾਦ ਹਿੰਦੁਸਤਾਨ ਦੇ ਜਿਹੜੇ ਜਨਰਲ ਡਾਇਰ ਹੈ ਉਹਨਾਂ ਦਾ ਚਿਹਰਾ ਮੈਨੂੰ ਲੱਗਦਾ ਬੜਾ ਛੇਤੀ ਸਾਹਮਣੇ ਆਊਗਾ। ਤੁਸੀਂ ਕਿਹਾ ਡਰੱਗਸ ਦੇ ਜਿਹੜੇ ਮੱਛੀਆਂ ਜਿਹੜੀਆਂ ਹੈਗੀਆਂ ਉਹ ਫੜੀਆਂ ਗਈਆਂ, ਲੇਕਿਨ ਮਗਰਮੱਛ ਹੱਲੇ ਵੀ ਘੁੰਮ ਰਹੇ ਹੈਗੇ ਨੇ, ਇਸ਼ਾਰਾ ਕਿਹੜੇ ਪਾਸੇ ਹੈ? ਦੇਖੋ ਜਨਤਾ ਲੋਕ ਸਭ ਸਮਝਦਾਰ ਹੈ ਸਾਹਿਬ, ਇਹ ਪਬਲਿਕ ਹੈ, ਇਹ ਸਭ ਜਾਣਤੀ ਹੈ। ਮੈਂ ਬਿਨਾਂ ਤੱਥਾਂ ਦੇ ਜਦੋਂ ਤਾਈਂ ਸਬੂਤ ਆ ਜੇ ਸਾਬਤ ਹੋ ਕੇ ਉਹਨਾਂ 'ਤੇ ਸਜ਼ਾ ਨਾ ਹੋਵੇ, ਨਾਮ ਲੈਣ ਦਾ ਕੋਈ ਫਾਇਦਾ ਨਹੀਂ। ਲੋਕ ਜਾਣਦੇ ਆ ਅਤੇ ਲੋਕਾਂ ਦੀ ਤਸੱਲੀ ਉਦੋਂ ਹੀ ਹੋਊਗੀ ਜਦੋਂ ਮਗਰਮੱਛ ਫੜੇ ਜਾਣਗੇ। ਤੁਸੀਂ ਕਿ 117 ਹਲਕਿਆਂ 'ਚ ਪੈਸਾ ਵੰਡਿਆ ਗਿਆ ਹੈਗਾ, ਲੇਕਿਨ ਵਿਪਕਸ਼ ਜਿਹੜਾ ਹੈਗਾ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈਗਾ, ਪੈਸੇ DSP DC ਵੰਡ ਰਹੇ ਹੈਗੇ ਨੇ ਥੋੜ੍ਹਾ ਕਿ ਨੈਚੁਰਲੀ DCs ਨੇ, ਸਰਕਾਰ ਨੇ ਵੰਡਣੇ ਪੈਸੇ, ਨਾ ਤਾਂ ਸੁਨੀਲ ਜਾਖੜ ਦੇ ਹੈ, ਨਾ ਹੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੈ, ਨਾ ਹੀ ਅਮਿਤ ਵਿਜ ਜੀ ਦੇ ਹੈ, ਕਿਉਂਕਿ ਅੱਜ ਅਸੀਂ ਇੱਥੇ ਪਠਾਨਕੋਟ ਦੇ ਵਿੱਚ ਜਿਹੜੇ 13 ਕਰੋੜ ਰੁਪਈਏ ਦੇ ਡਿਵੈਲਪਮੈਂਟ ਦੇ ਕੰਮ ਸ਼ਹਿਰ ਦੇ ਹੈ ਅਤੇ ਬਾਕੀ ਕਰੀਬਨ 2 ਕਰੋੜ 30 ਲੱਖ ਦੇ ਕਰੀਬ ਦੇ ਪਿੰਡਾਂ ਦੇ ਜਿਹੜੇ ਆ, 36 ਪਿੰਡਾਂ 'ਚ ਜਿਹੜੇ ਆ, ਉਹ ਪੈਸੇ ਲੋਕਾਂ ਦੇ ਪੈਸੇ ਹੈ, ਐਡਮਿਨਿਸਟ੍ਰੇਸ਼ਨ ਦੇ ਹੈ, ਐਡਮਿਨਿਸਟ੍ਰੇਸ਼ਨ ਦੇ ਥਰੂ ਵੰਡੇ ਜਾਣਗੇ। ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਤੱਥਾਂ ਦੇ ਆਧਾਰ 'ਤੇ ਕਹਿ ਰਿਹਾ, ਸੁਖਬੀਰ ਜੀ ਆ ਜਿਹੜੇ ਲੋਕ ਵੀ ਆ ਗੱਲ ਕਹਿ ਰਹੇ ਆ ਉਹ ਆਪਣਾ ਹੋਮਵਰਕ ਕਰਕੇ ਨਹੀਂ ਬੋਲਦੇ। ਪੈਸਾ 117 ਹਲਕਿਆਂ ਦੇ ਵਿੱਚ ਸਾਰੇ ਪੰਜਾਬ ਨੂੰ ਡਿਵੈਲਪ ਕਰਨ ਦਾ, ਮੁੱਖ ਮੰਤਰੀ ਪੰਜਾਬ ਦੇ ਹੈ, ਕੋਈ ਇੱਕ ਪਟਿਆਲੇ ਦੇ ਨਹੀਂ, ਕੋਈ ਇੱਕ ਇਕੱਲੇ ਪਠਾਨਕੋਟ ਦੇ ਨਹੀਂ, ਕੈਪਟਨ ਸਾਹਿਬ ਪੂਰੇ ਪੰਜਾਬ ਨੂੰ ਅਸੀਂ ਅੱਗੇ ਲੈ ਕੇ ਚੱਲਣਾ। ਨਵਜੋਤ ਸਿੰਘ ਸਿੱਧੂ ਦੀ ਪਤਨੀ ਜਿਹੜੀ ਹੈਗੀ ਆ ਉਹਨਾਂ ਨੇ ਆਵੇਦਨ ਭੇਜਿਆ ਹੈਗਾ ਇਲੈਕਸ਼ਨ ਲੜਨ ਲਈ, ਤੁਹਾਡਾ ਕੀ ਕਹਿੰਦਾ? ਕਿਉਂ ਨਹੀਂ, ਦੇਖੋ ਹਰੇਕ ਨੂੰ ਆਪਣਾ ਹੱਕ ਜਿਤਾਉਣ ਦਾ, ਅਤੇ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਉਹਨਾਂ ਨੇ ਸਾਰੇ ਹਿੰਦੁਸਤਾਨ 'ਚ ਪ੍ਰਚਾਰ ਕੀਤਾ, ਉਹਨਾਂ ਦੀ ਛਵੀ ਪੈਨ ਇੰਡੀਆ ਉਹਨਾਂ ਦਾ ਫੈਨ ਫੋਲੋਇੰਗ ਹੈ, ਜਿੱਥੇ ਵੀ ਪਾਰਟੀ ਹਾਈਕਮਾਂਡ ਫੈਸਲਾ ਕਰੂਗੀ ਚਾਹੇ ਉਹਨਾਂ ਨੂੰ ਕਿਤੋਂ ਵੀ ਲੜਵਾਉਣ, ਉਹ ਫੈਸਲਾ ਰਾਹੁਲ ਗਾਂਧੀ ਜੀ ਨੇ ਕਰਨਾ, ਉਹਨਾਂ ਨੇ ਆਪਣੀ ਜਿਹੜੀ ਇੱਛਾ ਹੈ ਜ਼ਾਹਿਰ ਕੀਤੀ ਹੈ। ਮੈਂ ਤਾਂ ਇੰਨਾ ਕਹੂੰਗਾ ਨਾ ਕਿ ਬਤੌਰ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ, ਪਰੰਤੂ ਇੱਕ ਹਿੰਦੁਸਤਾਨ ਦੇ ਆਮ ਨਾਗਰਿਕ ਹੋਣ ਦੇ ਨਾਤੇ ਮੈਂ ਸਮਝਦਾ ਵੀ ਜਿਸ ਦਿਨ 4 ਫਰਵਰੀ ਨੂੰ ਪ੍ਰਿਯੰਕਾ ਗਾਂਧੀ ਜੀ ਨੇ ਜਾ ਕੇ ਪ੍ਰਯਾਗਰਾਜ ਦੇ ਅੰਦਰ ਉੱਥੇ ਕੁੰਭ ਮੇਲੇ 'ਚ ਜਿਸ ਦਿਨ ਉੱਥੇ ਇਸ਼ਨਾਨ ਕੀਤਾ, ਉਸ ਦਿਨ ਹਿੰਦੁਸਤਾਨ ਦੇ ਆ ਜਿਹੜੇ 5 ਸਾਲਾਂ ਤੋਂ ਕੋੜ ਲੱਗਿਆ ਉਹ ਛੱਟ ਜੂਗਾ। ਜਿਸ ਹਾਲਾਤ ਮੇ ਪੰਜਾਬ ਕੋ ਅਕਾਲੀ ਛੋੜ ਕੇ ਗਏ ਥੇ 10 ਸਾਲ ਰਾਜ ਕੇ ਬਾਅਦ, ਉਨ ਹਾਲਾਤ ਮੇ ਪੰਜਾਬ ਕੋ ਵਾਪਸ ਆਪਣੇ ਪੈਰੋਂ ਪੇ ਖੜੇ ਕਰਨੇ ਕਾ ਕਾਮ ਅਕੇਲੇ ਕੈਪਟਨ ਅਮਰਿੰਦਰ ਸਿੰਘ ਕੀ ਰਹਿਨੁਮਾਈ ਮੇ ਹੋ ਸਕਤਾ ਥਾ। ਕਾਂਗਰਸ ਪਾਰਟੀ ਪੂਰੇ ਪੰਜਾਬ ਕੇ ਵਿਕਾਸ ਕੋ ਲੈ ਕੇ ਵਚਨਬੱਧ ਹੈ, ਔਰ ਉਸੀ ਪੇ ਕਾਮ ਚੱਲ ਰਿਹਾ ਹੈ, ਉਸੀ ਕੇ ਚਲਤੇ ਹੋਏ ਜਬਕਿ ਪੰਜਾਬ ਕੇ ਉੱਪਰ 2.25 ਲੱਖ ਕਰੋੜ ਰੁਪਏ ਕਾ ਕਰਜ਼ਾ ਹੈ, ਉਸਕੇ ਬਾਵਜੂਦ ਡਿਵੈਲਪਮੈਂਟ ਕੀ ਹੈ ਜੋ ਗੰਗਾ ਬਹਾਣੇ ਕਾ ਕਾਮ ਚਾਲੂ ਕੀਆ ਕੈਪਟਨ ਅਮਰਿੰਦਰ ਸਿੰਘ ਜੀ ਨੇ, ਜਿਸਕੇ ਤਹਿਤ ਆਜ ਪਠਾਨਕੋਟ ਮੇ ਆਪ ਲੋਕਲ ਇਸ਼ੂਜ਼ ਕੀ ਬਾਤ ਕਰ ਰਹੇ ਹੈ, 13 ਕਰੋੜ ਰੁਪਏ ਕੇ ਡਿਵੈਲਪਮੈਂਟ ਕੇ ਕਾਮ ਹੈ ਜਿਨਕੇ ਆਲਰੇਡੀ ਟੈਂਡਰ ਲੱਗ ਚੁੱਕੇ ਹੈ। ਗਾਓਂ ਕੇ ਲਿਏ 2 ਕਰੋੜ 30 ਲੱਖ ਰੁਪਏ ਕੇ ਕਰੀਬ ਪੈਸੇ ਦੀਏ ਜਾ ਰਹੇ ਹੈ। ਮੈਂ ਸਮਝਤਾ ਹੂੰ ਡਿਵੈਲਪਮੈਂਟ ਮੇ ਸਮੇਂ ਜ਼ਰੂਰ ਲਗਤਾ ਹੈ, ਕਿਉਂਕਿ ਇਹ ਜੁਮਲੋਂ ਸੇ ਨਹੀਂ ਚਲਤਾ ਸਾਹਿਬ, ਦੇਸ਼ ਜੋ ਹੈ ਜੁਮਲੋਂ ਸੇ ਨਹੀਂ ਚਲ ਸਕਤਾ, ਪੈਸੇ ਸੇ ਚਲਤਾ ਹੈ, ਔਰ ਪੈਸੇ ਯੇ ਲਗ ਰਹੇ ਹੈਂ।
MLAs की भी शंकाएं होंगी, उन शंकाओं को डेवलपमेंट से दूर होगा, उनकी डेवलपमेंट जब होगी तो उनका भी काम बोलेगा। देखिए माइनिंग पॉलिसी हो चाहे बैबल कलां कांड को लेके लोगों की शंकाएं रही, उसमें कई लीगल अड़चने हैं जो कि जोगिंदर जी भी भली भांति समझते हैं, आप भी समझते हैं, लीगल अड़चनों से दूर करके पंजाब के लोगों को सुविधा मिले इस बात के लिए कांग्रेस पार्टी काम कर रही है।